السلام علیکم اتما پچان ٹائم کے تو سبسکرائب کرو بیل دا بٹن نال بھی پریس کرو تاکہ ساری آن والی ہر ویڈیو ٹائم تے تک تا پہنچ سکے۔ اچھا جی اج ویڈیو کچھ اس طرح دی ہے کیونکہ جی میں لگی ہوں شام دا کھانا بنان اور شام دے کھانے جو کچھ بھی تیار کروں گی وہ اپن میں بھی شیئر کروں گی۔ سبزی بنانا شروع کر دی ہاں جی۔ اج میں شام دے کھانے چ بنا رہی ہوں جی کدو اور چٹے چنے۔ آ دیکھو پینتے ہوئے سگے کدو اور چٹے چنے بنا رہی ہوں۔ دیکھو صبح دے پینتے ہوئے چنے میں ਅਤੇ ਚਨੇ ਵੀ ਕਰਦੀ ਸਾਫ਼ ਔਰ ਕੱਦੂ ਵੀ ਛੇਲਦੀ ਹਾਂ। ਇਹ ਬਾਹਰੋਂ ਤੋੜੇ ਸੀ ਆਪਣੇ, ਉਹ ਦੋ ਲੱਗੇ ਸੀ, ਬਾਕੀ ਵੀ ਲੱਗੇ ਨਿੱਕੇ ਨਿੱਕੇ, ਮਗਰ ਉਹ ਇੱਕ ਦੋ ਦਿਨ ਤੱਕ ਤੋੜਾਂਗੀ ਅਤੇ ਉਹ ਨਾਲ ਦੇ ਗਵਾਂਢੀਆਂ ਨੂੰ ਦੇਵਾਂਗੀ ਕਿਉਂਕਿ ਉਹਨਾਂ ਨੇ ਫੈਸਲਾ ਬਾਅਦ ਜਾਣੇ ਲੈ ਕੇ। ਅਤੇ ਇਸ ਵਾਸਤੇ ਆਹ ਵਾਲੇ ਅੱਜ ਦੋ ਮੈਂ ਤੋੜ ਲਿਆ। ਲਸਣ ਔਰ ਪਿਆਜ਼ ਕੱਟ ਲਿਆ ਵਾ, ਲਸਣ ਵੀ ਛੇਲ ਲਿਆ ਵਾ, ਅਤੇ ਹੁਣ ਬਸ ਕੱਦੂ ਕੱਟਾਂ, ਕੱਟ ਕੇ ਅਤੇ ਦਾਲ ਦਾਲ ਜਿਹੜੀ ਮੈਂ ਹਾਂਡੀ ਜਿਹੜੀ ਬਣਾਉਣੀ ਸ਼ੁਰੂ ਕਰਦੀ ਹਾਂ ਜੀ। ਕੱਦੂ ਕੱਟ ਕੇ ਧੋ ਸਵਾਰ ਕੇ ਲੈ ਆਉਂਦੇ, ਮੋਟੇ ਮੋਟੇ ਕੱਟੇ ਆ ਕੱਦੂ, ਦੇਖੋ ਕਿਉਂਕਿ ਚਨੇ ਚਨੇ ਪਾਣੀ ਵਿੱਚ ਤਾਂ ਉਸ ਮੋਟੇ ਮੋਟੇ ਕੱਟੇ ਆ। ਲਸਣ ਵੀ ਵਿੱਚੇ ਧੋ ਕੇ ਲਿਆਉਂਦਾ, ਪਿਆਜ਼ ਵੀ, ਔਰ ਇੱਧਰ ਟਮਾਟਰ ਵਿੱਚ ਧੋ ਕੇ ਕੱਟੇ ਆ, ਔਰ ਤਾਂ ਚਨੇ ਚਿੱਟੇ ਸਾਰੇ ਸਾਫ਼ ਕਰ ਲਏ। ਦੇਖੋ ਸਾਫ਼ ਕਰਕੇ ਰੱਖੇ ਆ। ਹੁਣ ਇੱਧਰ ਪਾਊਡਰ ਮਸਾਲਿਆਂ ਦਾ ਡੱਬਾ ਵੀ ਖੋਲ੍ਹ ਲਿਆ, ਪਾਣੀ ਵੀ ਕੋਲੇ ਲੈ ਜਾਂਦਾ ਵਾ, ਔਰ ਦੇਸ਼ੀ ਵੀ ਲਓ ਜੀ ਸਿਲੰਡਰ ਚਲਾ ਲਿਆ ਵਾ। ਅਤੇ ਹੁਣ ਜੀ ਸਭ ਤੋਂ ਪਹਿਲਾਂ ਪਾਣੀ ਵਿੱਚ ਕੱਦੂ, ਬਿਸਮਿਲਲਾ, ਕੱਦੂ ਔਰ ਪਿਆਜ਼ ਲਸਣ ਇਹ ਵਾਲੀਆਂ ਛਾਵਾਂ ਪਾਤੀਆਂ। ਅੱਛਾ ਜੀ, ਹੁਣ ਨਾਲ ਜੀ ਟਮਾਟਰ ਮਿਰਚਾਂ ਜੀ ਲੱਗੀਆਂ ਜੀ ਪਾਣੀ ਚਨੇ, ਕਿਉਂਕਿ ਚਨੇ ਪਾਣੀ 'ਚ ਸੀਗੇ ਰੱਖੇ ਹੋਏ ਨੇ, ਅਤੇ ਪਾਣੀ 'ਚੋਂ ਕੱਢ ਕੇ ਰੱਖੀ ਚੌਕੀ ਵਿੱਚ। ਅੱਛਾ ਜੀ, ਚਨੇ ਪਾਤੇ, ਇੱਕ ਬੱਕਾ ਪਾਣੀ ਦਾ, ਕਿਉਂਕਿ ਚਨੇ ਨਾ ਜਿਹੜੇ ਸਵਾ ਕੇ ਵੀ ਚਨੇ ਵੀ ਉਬਾਲ ਜਾਣਗੇ ਔਰ ਕੱਦੂ ਵੀ। ਅਤੇ ਹੁਣ ਪਾ ਦਵਾਂ ਜੀ ਸਭ ਤੋਂ ਪਹਿਲਾਂ ਗਰਮ ਮਸਾਲਾ, ਕੁੱਟਿਆ ਧਨੀਆ। ਅੱਛਾ ਇਹ ਹੋ ਗਿਆ, ਹੁਣ ਪਾ ਦਵਾਂ ਜੀ ਲਾਲ ਮਿਰਚ, ਲਾਲ ਮਿਰਚ, ਹਲਦੀ, ਨਮਕ ਵਾਲਾ ਡੱਬਾ ਇੱਧਰ ਪਿਆ, ਨਮਕ ਜੀ ਮਿਕਸ ਕਰਦੀ ਹਾਂ ਕਰਕੇ ਅਤੇ ਚੰਗੀ ਤਰ੍ਹਾਂ ਪੱਕਣ ਦੇ ਜਾਂਦੀ ਹਾਂ ਅਤੇ ਪਾਣੀ ਖੁਸ਼ਕ ਹੋ ਜਾਵੇ ਅਤੇ ਫਿਰ ਮੈਂ ਨਾ ਪਾਣੀ ਖੁਸ਼ਕ ਹੋ ਗਿਆ ਅਤੇ ਫਿਰ ਮੈਂ ਕਰਾਂਗੀ ਬਣਾਈ ਇਹਨਾਂ ਦੀ, ਕਿਉਂਕਿ ਮੈਂ ਆਪਣਾ ਜਿਸ ਤਰ੍ਹਾਂ ਮੈਂ ਕੱਦੂ ਔਰ ਚਨੇ ਬਣਾਉਂਦੀ ਹਾਂ, ਮੈਂ ਆਪਣਾ ਤਰੀਕਾ ਦੱਸਣ ਦੀ ਆਪਣੀ ਭੈਣਾਂ ਨੂੰ, ਮੈਂ ਇਸ ਤਰ੍ਹਾਂ ਕੱਦੂ ਔਰ ਚਨੇ ਬਣਾਉਂਦੀ ਹਾਂ। ਜਿਸ ਤਰ੍ਹਾਂ ਮੇਰੀਆਂ ਭੈਣਾਂ ਕੱਦੂ ਔਰ ਚਨੇ ਬਣਾਉਂਦੀਆਂ, ਉਹ ਵੀ ਮੈਨੂੰ ਕਮੈਂਟ 'ਚ ਆਣ ਕੇ ਲਾਜ਼ਮੀ ਦੱਸਿਓ ਤੁਸੀਂ ਕਿਸ ਤਰ੍ਹਾਂ ਬਣਾਉਂਦੀਆਂ ਔਰ ਮੈਂ ਕਿਸ ਤਰ੍ਹਾਂ ਬਣਾਉਂਦੀ, ਮੈਂ ਵੀ ਦੱਸ ਦੇ ਅੱਜ, ਕਿਉਂਕਿ ਮੈਂ ਕੱਦੂ ਚਨੇ ਇਸ ਤਰ੍ਹਾਂ ਬਣਾਉਂਦੀ ਹਾਂ, ਹਰ ਸ਼ੈ ਮਿਕਸ ਅਪ ਕਰਕੇ ਪਾ ਕੇ ਨਾ ਵਿੱਚ ਅਤੇ ਪੱਕਣ ਵਿੱਚ ਰੱਖ ਦੇਣੀ ਉੱਪਰ, ਅਤੇ ਜਦੋਂ ਫਿਰ ਪਾਣੀ ਖੁਸ਼ਕ ਹੋ ਜਾਂਦਾ ਵਾ ਅਤੇ ਘਿਓ ਪਾ ਕੇ ਚੰਗੀ ਤਰ੍ਹਾਂ ਬਣਾਈ ਕਰਕੇ ਚੰਗੀ ਤਰ੍ਹਾਂ ਬਣਾਈ ਕਰਨੀ ਹੈ, ਜਿਹੜੀ ਨਾ ਕਸਰ ਜਿਹੜੀ ਨਾ ਸਾਰੀ ਨਿਕਲ ਜਾਵੇ ਇਹਦੀ ਭੁਨਾਈ ਦੇ ਵਿੱਚ, ਅਤੇ ਮੁੜ ਕੇ ਭੁਨਾਈ ਕਰਕੇ ਅਤੇ ਸਾਲਣ ਨੀਚੇ ਲਾ ਲੈਣਾ, ਸਾਲਣ ਤਿਆਰ। ਅੱਛਾ ਜੀ, ਉਸਨੂੰ ਹੁਣ ਬਣਾ ਰਹੀ ਆ ਆਟਾ ਗੁੰਨ ਰਹੀ। ਹਾਂਜੀ, ਚਾਰ ਪਈਆਂ ਕੱਢ ਕੇ ਹੁੰਦੀ ਮੈਂ। ਅੱਛਾ ਜੀ, ਚਾਰ ਪਈਆਂ ਕੱਢ ਕੇ ਮੈਂ ਕਿਹਾ ਚਲੋ ਆਟਾ ਬਣਾ ਅੱਜ, ਚਾਰ ਪਈਆਂ ਤੇ ਲੈ ਕੇ ਖਾਂਦੀ ਹਾਂ। ਥੱਕੀ ਹੋਈ ਹੈ? ਥੱਕੀ ਹੋਈ ਹੈ।
ਇੱਟ ਵੱਜੀ ਅੱਜ ਇੱਥੋਂ ਕਿਤੇ ਲੰਘਣ ਲੱਗੀ ਅਤੇ ਇੱਟਾਂ ਨੇ ਇੱਥੇ ਉੱਖੜੀਆਂ ਹੋਈਆਂ, ਬੱਚਿਆਂ ਨੇ ਖੇਡੀਆਂ ਹੋਈਆਂ, ਦੇਖ ਦੋ ਤਿੰਨ ਵਾਰ ਉਹ ਇੱਟ ਪਈ ਆ ਅਤੇ ਉਹ ਇੱਟ ਕਿਤੇ ਵੱਜੀ ਆ ਪੈਰ 'ਤੇ ਕਿ ਪਤਾ ਨਹੀਂ ਲੱਤ 'ਤੇ ਵੱਜੀ, ਲੱਤ 'ਤੇ ਵੱਜੀ ਆ ਅਤੇ ਲੱਤ ਦਰਦ ਕਰ ਰਹੀ, ਇਸ ਕਰਕੇ ਫਿਰ ਬਹਿ ਕੇ ਮੰਜੀ 'ਤੇ ਬਹਿ ਕੇ ਆਟਾ ਗੁੰਨਣ ਲੱਗੀ। ਉਹ ਕਿਚਨ 'ਚ ਹੁੰਦੇ ਤਾਂ ਚਲੋ ਸਲੈਬ 'ਤੇ, ਹਾਂ ਕਿਚਨ ਜਾਂਦੀ ਹੁੰਦੀ ਤਾਂ ਚਲੋ ਕਿਚਨ ਦੀ ਸਲੈਬ 'ਤੇ ਰੱਖ ਕੇ ਉਹਨੂੰ ਗੁੰਨ ਲਿਆ, ਟੂਟੀਆਂ ਉਸਮਾ ਸਿਰਫ ਤੇਰੇ ਸਾਹਮਣੇ ਹੁਣ ਅਰਸ਼ਾ ਹੋਈ ਆ, ਸਿਰਫ ਉਹਦਾ ਪੈਪ ਆ ਵੱਡਾ ਪਾਉਣਾ, ਹੁਣ ਮੈਂ ਦੋ ਤਿੰਨ ਵਾਰੀ ਕਿਹਾ ਹਟਿਆ ਨਾ ਆਵੇ ਤਾਂ ਕੀ ਕਰੇ, ਹੁਣ ਮੈਂ ਕਿਹਾ ਤੇ ਆ ਉਹ ਦਿਨ ਫੋਨ ਕੀਤਾ ਸੀ ਕਿ ਮੈਂ ਮੋਟਰ ਮੋਟਰ ਵੀ ਉਹ ਤਾਂ ਤੇਰੀ ਗੱਲ ਸਹੀ ਆ, ਫਿਰ ਥੱਲੇ ਸਿਰਫ ਉਹਦਾ ਹੁਣ ਤੇਰੇ ਸਾਹਮਣੇ ਹਰ ਸ਼ਾ ਫੈਨ ਵਾਲਾ, ਸਿਰਫ ਇੱਕ ਪੈਪ ਛੋਟੇ ਆ ਵੱਡੇ ਪਾਉਣੇ ਪੈਣੇ ਪਾਣੀ ਚਾਲੂ ਕਰਨ ਵਾਸਤੇ, ਬਾਕੀ ਉਹਦਾ ਕਿਹੜਾ ਕੋਈ ਹਰ ਸ਼ਾ ਤੇ ਮਾਸ਼ਾਅੱਲਾ ਫੈਨ ਵਾਲਾ, ਅਤੇ ਉਹਨੂੰ ਮੈਂ ਹੁਣ ਕਿਹਾ ਤਾਂ ਹੈ ਉਦੋਂ ਵੀ ਫੋਨ ਕੀਤਾ, ਚਲੋ ਸਵੇਰੇ ਫਿਰ ਕਰੂੰਗਾ ਵੀ ਯਾਰ ਤੇਰੀ ਮਿਹਰਬਾਨੀ ਹੈ, ਉਹ ਪੈਪ 'ਤੇ ਚੱਲ ਪਾ ਜਾ, ਬਾਕੀ ਤਾਂ ਬਾਅਦ ਦੇ ਕੰਮ ਜਿਹੜੇ ਬਾਅਦ ਦੇ ਕਰਦੀ, ਪੈਪ ਆ ਜਾ ਅਤੇ ਦੇਖੋ ਹੁਣ ਸਵੇਰੇ ਕਰੂੰਗਾ ਫੋਨ ਉਹਨੂੰ। ਹਾਂਜੀ ਚਲੋ ਗੁੰਨ ਲਓ ਆਟਾ, ਹਾਂਡੀ ਪੱਕਦੀ ਪਈ ਹੈ? ਹਾਂਜੀ ਹਾਂਡੀ ਪੱਕ ਗਈ ਹੈ। ਹਾਂਜੀ ਬਾਜੀ ਵਾਲੇਕੁਮ ਸਲਾਮ, ਕਿਆ ਕਰ ਰਹੀ ਹੋ? ਯੇ ਆਪਕੇ ਬਾਲ ਕਿਸਨੇ ਬਾਂਧੇ ਹੈਂ? ਨੀਚੇ ਕਰੋ, ਨੀਚੇ 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 ਕਰੇ, ਉੱਪਰ ਉੱਪਰ ਥੋੜ੍ਹਾ ਜਿਹਾ ਉੱਪਰ ਉੱਪਰ, ਯੈਸ ਯੈਸ। ਇਹ ਕਿਸਨੇ ਬਣਾਏ ਆ? ਮਾਮੀ ਨੇ ਬਣਾਇਆ, ਮਾਮੀ ਮਰੀਮ ਨੇ, ਮਰੀਮ ਨੇ ਮਰੀਮ ਵਾਹ ਮਈਮ ਮਈਓ, ਚਲੋ ਠੀਕ ਹੋ ਗਿਆ, ਚਲੋ ਬਣਾ ਲਓ ਰੋਟੀ ਫਿਰ ਦੱਸਿਓ, ਅਸੀਂ ਥੱਲੇ ਬੈਠੇ ਹਾਂ, ਭਾਗ ਫਿਰ ਦੱਸਿਓ ਉੱਪਰ ਆਣ ਕੇ ਖਾ ਲੈਂਦੇ ਸਾਰੇ ਫਿਰ, ਹੈਂ ਚਲੋ ਜੀ। ਪਾਣੀ ਖੁਸ਼ਕ ਹੋ ਗਿਆ ਸੀ ਅਤੇ ਹੁਣ ਘਿਓ ਪਾ ਕੇ ਬਣਾਈਏ ਨਹੀਂ ਕਰਨਾ, ਅਤੇ ਦੇਖੋ ਮਾਸ਼ਾਅੱਲਾ ਕੱਦੂ, ਦੇਖੋ ਮਾਸ਼ਾਅੱਲਾ ਗਲ ਗਿਆ, ਕਿੱਦਾਂ ਨਜ਼ਰ ਹੀ ਨਹੀਂ ਆ ਰਿਹਾ ਵਿੱਚ ਕੱਦੂ ਪਾਏ ਕਿ ਨਹੀਂ ਪਾਏ ਹੈਗੇ, ਚਨੇ ਚਨੇ ਸਿਰਫ ਇਕੱਲੇ ਨਜ਼ਰ ਆ ਰਹੇ ਆ, ਅਤੇ ਹੁਣ ਮੈਂ ਕਰਨ ਦੀ ਆ ਬਣਾਈ, ਕਿਉਂਕਿ ਹਵਾ ਚੱਲਦੀ ਪਈ ਉਹਦੀ ਤਾਂ ਤਵਾ ਲਾਇਆ ਨਾਲ, ਕਿਉਂਕਿ ਮੈਂ ਕਿਹਾ ਸੇਕ ਜਿਹੜਾ ਨਾ ਹਾਂਡੀ ਸਹੀ ਤਰ੍ਹਾਂ ਲੱਗੇ, ਕਿਉਂਕਿ ਘਰ ਦੇ ਕੱਦੂ ਹੈ ਨਾ, ਇਸ ਵਾਸਤੇ ਖਾਦ ਤੋਂ ਸਪਰੇ ਤੋਂ ਬਗੈਰ ਆ, ਅਤੇ ਪਾਣੀ ਸਿਰਫ ਲੱਗਾ ਹੋਇਆ ਮਾਸ਼ਾਅੱਲਾ, ਝੱਟ 'ਚ ਗਲ ਕੇ ਥੋੜ੍ਹਾ ਜਿਹਾ ਸਿਰਫ ਪਾਣੀ ਪਾਇਆ ਸੀਗਾ, ਜਿਹੜੇ ਚਨੇ ਗਲ ਜਾਣ, ਕਿਉਂ ਕੱਦੂ ਤਾਂ ਗਲ ਜਾਣੇ ਸੀ ਪੂਰੇ ਸੀ ਕੱਦੂ, ਮੈਂ ਚਨਿਆਂ ਵਾਸਤੇ ਸਿਰਫ ਪਾਇਆ ਸੀ ਪਾਣੀ, ਮੈਂ ਕਿਹਾ ਚਨੇ ਜਿਹੜੇ ਗਲ ਜਾਣਗੇ, ਜੀ ਹਾਂਡੀ ਰੋਟੀ ਸ਼ਾਮ ਦੀ ਕਰਕੇ ਹਾਂਡੀ ਵੀ ਪਕਾ ਲਈਏ, ਰੋਟੀ ਵੀ ਪਕਾ ਲਈਏ, ਪਕਾ ਕੇ ਰੱਖ ਕੇ ਅਤੇ ਮੈਂ ਲਾਈ ਹੋਈ ਜੀ ਮਸ਼ੀਨ ਲਾਈ ਆ, ਅਤੇ ਮੈਂ ਕਿਹਾ ਚਲੋ ਚਾਦਰਾਂ ਧੋ ਲਵਾਂ ਮੰਜਿਆਂ ਦੀਆਂ, ਔਰ ਬੈੱਡ ਦੀਆਂ ਥੋੜ੍ਹੇ ਜਿਹੇ ਕੱਪੜੇ ਸੀਗੇ, ਕੱਪੜੇ ਮੈਂ ਕਿਹਾ ਧੋ ਲਵਾਂ, ਇੱਧਰਲੀ ਸਾਈਡ 'ਤੇ ਕੱਪੜੇ ਫੁੱਲੇ ਆ, ਉਹ ਇੱਧਰ ਹੁਣ ਚਾਦਰਾਂ ਦਈਆਂ ਫੁੱਲਣ, ਅਤੇ ਵਿੱਚ ਚਾਰ ਚਾਦਰਾਂ ਪਾਈਆਂ ਹੋਈਆਂ ਹੋਰ, ਬਸ ਧੋਪਦੀਆਂ ਪਈਆਂ, ਅਤੇ ਸਿਰਫ ਚਾਦਰਾਂ ਰਹਿ ਗਈਆਂ, ਦੋ ਚਾਦਰਾਂ ਰਹਿ ਗਈਆਂ ਵਾ, ਅਤੇ ਇੱਕ ਸੂਟ ਰਹਿ ਗਿਆ ਸ਼ਰੋਤ ਦੇ ਪਾਪਾ ਹੁਣਾਂ ਦਾ, ਮੈਂ ਕਿਹਾ ਚਲੋ ਚਾਦਰਾਂ ਧੋ ਲਵਾਂ, ਸੁਬਹਾ ਸ਼ਰੋਤ ਦੇ ਪਾਪਾ ਨੂੰ ਕਹਿੰਦੇ ਬਾਜ਼ਾਰ ਚੱਲ ਜਾਈਓ, ਅਤੇ ਮੈਂ ਆਪਣੇ ਨਾ ਆਪਣੇ ਹਿਸਾਬ ਨਾਲ ਮੈਂ ਕਿਹਾ ਸੁਬਹਾ ਮੇਰਾ ਕੰਮ ਫਿਰ ਵੱਧ ਜਾਣਾ ਜ਼ਿਆਦਾ, ਅਤੇ ਇਸ ਵਾਸਤੇ ਆਪਣਾ ਕੁਛ ਕੰਮ ਹੁਣ ਨਿਬੇੜ ਲਵਾਂ, ਜਿਹੜੀਆਂ ਚਾਦਰਾਂ ਚੁਦਰਾਂ ਪਾਉਣ ਦਾ ਕੰਮ ਉਹ ਸੁਬਹਾ ਆਪਣਾ ਕਰ ਲਵਾਂ। ਨਹੀਂ ਜੀ ਮੈਂ ਤੁਹਾਡੇ ਸਾਹਮਣੇ ਕੁਛ ਆ ਲੈਣੀ ਨਹੀਂ ਹੈਗੀ, ਬੱਚੇ ਆਪਣੇ ਤਾਂ ਦੇਣੀ ਤੁਸੀਂ ਲੈ ਕੇ, ਹਾਂਜੀ ਹਾਂਜੀ ਉਹ ਨਾ ਮੈਂ ਤਾਂ ਨਹੀਂ ਲੈਣੇ, ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਕਿਹਾ ਮੈਂ ਕੋਈ ਸ਼ੈਲ ਲੈਣੀ,
ਨਾ ਤੁਸੀਂ ਲਈ ਆ ਨਾ ਮੈਂ ਲਈ ਆ, ਸਿਰਫ ਬੱਚਿਆਂ ਵਾਸਤੇ ਲਿਆਉਣੇ ਆ। ਹੋਰ ਬਸ ਈਦ ਤਾਂ ਬੱਚਿਆਂ ਦੀ ਹੁੰਦੀ ਹੁੰਦੀ ਨਾ। ਤੇ ਜੀ ਮੈਂ ਨੀਚੇ ਵਾਲਾ ਪੋਰਸ਼ਨ ਵੀ ਤੋਤਾ, ਉੱਪਰ ਵਾਲਾ ਪੋਰਸ਼ਨ ਵੀ ਤੋਤਾ, ਮੈਂ ਕਿਹੜਾ ਸ਼ਾ ਹਾਂਜੀ ਕਰ। ਤੇ ਕਿਉਂਕਿ ਧੋ ਕੇ ਸਾਰੀ ਦੁਪਹਿਰ ਨਹੀਂ ਸੁੱਤੀ ਹੈਗੀ, ਰੋਟੀ ਇਹਨਾਂ ਨੂੰ ਖਵਾ ਕੇ ਦੁਪਹਿਰ ਦੀ ਮੁੜ ਕੇ ਸੁੱਤੀ ਨਹੀਂ ਹੈਗੀ ਮੈਂ, ਮੁੜ ਕੇ ਮੈਂ ਕਿਉਂਕਿ ਜੀ ਇਕੱਲੀ ਨੇ ਕਰਨਾ ਵਾ। ਹਾਂਜੀ ਇਕੱਲੀ ਨੇ ਕਰਨਾ, ਇਹੀ ਆ ਬੰਦਾ ਆਪਣਾ ਟਾਈਮ ਨਾਲ ਨਾਲ ਕੰਮ ਨਿਬੇੜਦਾ ਰਹੇ। ਨਹੀਂ ਜੀ ਤੁਸੀਂ ਮੇਰਾ ਖਲਾਰਾ ਵਧਾ ਦਿੰਦੇ, ਤੁਹਾਡੀ ਮਿਹਰਬਾਨੀ। ਲੋਕ ਦੋ ਹੱਥ ਬੰਨਦੇ, ਮੈਂ ਢਾਈ ਬੰਨਦੀ, ਤੁਸੀਂ ਬਹੁਤ ਖਲਾਰਾ ਵਧਾਉਂਦੇ ਮੇਰਾ। ਨਹੀਂ ਤੁਸੀਂ ਰਹਿ ਤਾਂ ਧੋਣ, ਮੈਂ ਧੋ ਲੂੰ ਆਪੇ, ਫਿਰ ਮੇਰਾ ਤਾਂ ਕੋਈ ਫਾਇਦਾ ਨਾ ਹੋਇਆ। ਅੱਛਾ ਤੇ ਬਸ ਆਹੀ ਚਾਦਰਾਂ ਰਹਿ ਗਈਆਂ, ਦੋ ਦੋ ਚਾਦਰਾਂ, ਇੱਕ ਸੂਟ ਆ ਸ਼ਰੋਧ ਆਪਣਾ, ਇਹ ਵੀ ਧੋ ਕੇ ਪਾ ਕੇ ਮਸ਼ੀਨ ਧੋ ਕੇ। ਕਿਹੜੀ ਸ਼ਾ ਧੋ ਲਿਓ ਸਾਰੇ ਹੀ? ਹਾਂਜੀ ਸਾਹ ਧੋ ਕੇ ਬੰਦ ਕਰਾਂ ਨਾ। ਹਾਂ ਰੋਟੀ ਉਹ ਮੈਂ ਕਰ ਲਈ ਹੈ ਜਿਹੜੀ, ਅਤੇ ਮੈਂ ਕਿਹਾ ਚਲੋ ਹੁਣ ਵਿਹਲੀ ਬਹਿਣਾ ਵਾ, ਇਹੀ ਚਲੋ ਮੇਰਾ ਕੰਮ ਨਿਬੜ ਜੂ, ਸੁਬਹਾ ਆਪਣਾ ਟਾਈਮ ਨਾਲ ਕੰਮ ਬਾਕੀ ਨਿਬੇੜ ਕੇ ਟਾਈਮ ਨਾਲ ਚੱਲ ਜੂੰਗੀ। ਬਸ ਮੇਰੇ ਚਿਹਰੇ ਵਾਸਤੇ ਮੈਨੂੰ ਥੋੜ੍ਹੇ ਜਿਹੇ ਦੇ ਦੀ ਪੈਸੇ, ਹੈਂ ਸੋਚਾਂਗੇ। ਚਲੋ ਦੇ ਦੂੰਗੇ ਤਾਂ ਮਿਹਰਬਾਨੀ, ਨਾ ਦਊਂਗੇ ਫਿਰ ਵੀ ਮਿਹਰਬਾਨੀ। ਸਿਰਫ 2000 ਰੁਪਈਆ, 2000 ਦੇ ਦੀ ਮੂੰਹ ਨੂੰ ਕੂਚਾ ਕਾਚੀ ਕਰਾਇਆਉਂਗੀ ਨਾ। ਚਲੋ ਬਾਕੀ ਬਾਕੀ ਤਾਂ ਕੋਈ ਸ਼ਾ ਨਹੀਂ, ਮੈਂ ਤੁਹਾਡੇ ਸਾਹਮਣੇ ਲਈ, ਬਾਕੀ ਹੈਗੀਆਂ ਨਿੱਕੀ ਜਿਹੀ ਵਾਲੇ ਕੱਪੜੇ ਹੈਗੇ, ਮੈਂ ਉਹੀ ਪਾ ਲੈਣੇ, ਤੁਸੀਂ ਵੀ ਉਹੀ ਪਾ ਲੈਣੇ। ਚਿੱਟਾ ਸੂਟ? ਅੱਛਾ ਨਹੀਂ ਜੀ ਚਿੱਟਾ ਸੂਟ ਕੱਟ ਦਿੰਦਾ, ਆ ਗਿਆ ਵਾ ਸੂਟ ਪੂਰਾ ਵੀ, ਅਤੇ ਮੈਂ ਉਹ ਕਾਢ ਲਵਾਂ। ਅੱਛੀ ਗੱਲ ਹੈ। ਬੱਦਲ ਵੀ ਬਣ ਆਏ, ਅੱਲਾ ਕਰੇ ਈਦ ਵਾਲੇ ਦਿਨ ਬੱਦਲ ਹੋਵੇ, ਕੋਈ ਠੰਡੀ ਠੰਡ ਹੋ ਜਾਏ, ਠੰਡ ਠੰਡੀ ਈਦ ਹੋ ਜਾਏ। ਨਹੀਂ ਤੇ ਖਾ ਕੇ ਗੋਸ਼ ਤੇ ਮੱਤ ਵੱਜ ਜਾਣੀ। ਰਾਸ਼ਦ ਵੀ ਕੱਜ ਆਇਆ ਸੀ, ਕਹਿੰਦਾ ਭਾਅ ਜੀ ਇਦੋਂ ਦੂਸਰੇ ਦਿਨ ਦਾ ਪ੍ਰੋਗਰਾਮ ਆ। ਮੈਂ ਕਿਹਾ ਚਲੋ ਵੀਰੇ 100 ਬਿਸਮਿਲਾ ਅਸੀਂ ਆ ਜਾਵਾਂਗੇ, ਨਾਲ ਹੋ ਕੇ ਚਲੋ ਸਬਾਬ ਦਾ ਕੰਮ ਜਿਹੜਾ ਹੋਇਆ ਵੀਰੇ ਨਾਲ ਕਰਾਵਾਂਗੇ। ਇਹ ਤਾਂ ਦੂਸਰੇ ਦਿਨ ਕਹਿੰਦਾ, ਮੈਂ ਕਿਹਾ ਪਹਿਲੇ ਦਿਨ ਫਿਰ ਉਹ ਕਸਾਈ ਵੀ ਤੈਨੂੰ ਪਤਾ ਨਹੀਂ, ਪੈਸੇ ਵੀ ਜ਼ਿਆਦਾ ਲੈਂਦੇ ਆ। ਇਹ ਤਾਂ ਦੂਸਰੇ ਦਿਨ ਕਹਿੰਦਾ ਸੀ ਵੀਡੀਓ ਆਰੰਭ ਕਿੱਥੇ ਕਰਦੇ ਹਾਂ ਸਰ, ਇਹ ਵੀਡੀਓ ਅਗਰ ਤੁਹਾਨੂੰ ਪਸੰਦ ਆਵੇ ਲਾਈਕ ਔਰ ਸ਼ੇਅਰ ਕਰਿਓ, ਔਰ ਕਮੈਂਟ ਵਿੱਚ ਜੀ ਲਾਜ਼ਮੀ ਦੱਸਿਓ। ਸੰਦ ਇਜਾਜ਼ਤ, ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ, ਅੱਲਾ ਹਾਫਿਜ਼ ਜੀ, ਮਾਨੇ।